ਅਸਲਾਮ ਵਾਲੇਕੁਮ ਵਰਹਿਮਤੁਲਾਹਿ ਵਬਰਕਾਤੁਹ ਜੀ ਦੋਸਤੋ, ਕੀ ਹਾਲ ਚਾਲ? ਉਮੀਦ ਕਰਦੇ ਸਭ ਠੀਕ ਠਾਕ ਹੋਣਗੇ। ਅੱਲਾਹ ਤਾਲਾ ਸਭ ਨੂੰ ਆਪਣੇ ਇੱਜ਼ਤ ਮਾਨ 'ਚ ਰੱਖੇ। ਅਤੇ ਕਾਫੀ ਦਿਨ ਪਹਿਲੇ ਮੈਂ ਨਾ ਦੋਸਤਾਂ ਦਾ ਚੀਜ਼ ਸ਼ੇਅਰ ਕੀਤੀ ਸੀ ਕਿ ਮੈਂ ਗੋਲੀ ਬਣਾਉਂਦਾ ਜਿਹਦਾ ਨਾਮ ਰੱਖਿਆ ਮੈਜਿਕ। ਇਹਦਾ ਬੜਾ ਸ਼ਾਨਦਾਰ ਰਿਜ਼ਲਟ ਹੈ ਔਰ ਪਿਛਲੇ ਕੋਈ 15 ਸਾਲ ਤੋਂ ਮੈਂ ਬਣਾ ਰਿਹਾ, ਬਲਕਿ ਜ਼ਿਆਦਾ ਹੀ ਹੋਣੇ ਨੇ, ਨਹੀਂ ਤਕਰੀਬਨ 19 ਸਾਲ ਹੋ ਗਏ। 2005 'ਚ ਸਟਾਰਟ ਕੀਤੀ ਸੀ ਅਤੇ ਤਕਰੀਬਨ 18-19 ਸਾਲ ਤੋਂ ਇਹ ਗੋਲੀ ਅਸੀਂ ਬਣਾ ਰਹੇ ਹਾਂ। ਇਹਦਾ ਬੜਾ ਹੀ ਫਾਇਦਾ ਕਬੂਤਰਬਾਜ਼ੀ 'ਚ, ਔਰ ਮੈਂ ਕਹਿੰਦਾ ਕਿ ਇਹਦੇ ਬਗੈਰ ਕਬੂਤਰਬਾਜ਼ੀ ਅਧੂਰੀ ਹੈ। ਔਰ ਬੜੇ ਦੋਸਤਾਂ ਨੂੰ ਮੈਂ ਬਣਾ ਕੇ ਦੇ ਦੀ, ਯਾਨੀ ਖੁਦ ਮੈਂ ਤਿਆਰ ਕਰਨਾ, ਆਪਣੇ ਦੋਸਤ ਮੇਰੇ ਕੋਲ ਲੈ ਵੀ ਜਾਂਦੇ ਨੇ, ਔਰ ਮੈਂ ਸਦਕਾ ਜਾਰੀਆ ਸਮਝ ਕੇ ਦੋਸਤਾਂ ਨੂੰ ਦੇ ਦਿੰਦਾ ਤਾਂ ਕਿ ਕਿਸੇ ਪਰਿੰਦੇ ਦੀ ਜਾਨ ਬਚ ਜਾਏ ਸਾਡੀ ਵਜ੍ਹਾ ਤੋਂ, ਤਾਂ ਬੜੀ ਖੁਸ਼ੀ ਦੀ ਗੱਲ ਹੈ। ਅਤੇ ਅੱਜ ਉਹ ਨੁਸਖਾ ਮੈਂ ਸ਼ੇਅਰ ਕਰਨ ਲੱਗਾ ਤਾਂ ਕਿ ਦੋਸਤਾਂ ਦਾ ਫਾਇਦਾ ਹੋਵੇ, ਜਿਹੜੇ ਕਬੂਤਰ ਪਰਵਰ ਭਾਈ ਨੇ, ਔਰ ਜਿਹੜੇ ਲੋਕਾਂ ਕੋਲ ਜ਼ਿਆਦਾ ਪਰਿੰਦੇ ਨੇ ਉਹਨਾਂ ਨੂੰ ਬੜੀ ਆਸਾਨੀ ਹੋ ਜਾਏਗੀ। ਇਹਦਾ ਨਾਮ ਰੱਖਿਆ ਮੈਜਿਕ, ਔਰ ਬੜੀ ਸ਼ਾਨਦਾਰ ਗੋਲੀ ਹੈ, ਬਹੁਤ ਜ਼ਬਰਦਸਤ ਗੋਲੀ ਹੈ। ਇਹਦਾ ਬੜਾ ਸ਼ਾਨਦਾਰ ਰਿਜ਼ਲਟ ਹੈ। ਜਿੰਨਾ ਮਰਜ਼ੀ ਕਬੂਤਰ ਬਿਮਾਰ ਹੋਵੇ, ਸੁਸਤ ਹੋਵੇ, ਇੱਕ ਗੋਲੀ ਦਿਓ, ਸੁਬਹ ਇਨਸ਼ਾਅੱਲਾ ਉਹ ਫਿੱਟ ਹੋਏਗਾ, ਠਾਪਾ ਮਾਰਦਾ ਹੋਏਗਾ। ਹਾਂ, ਅਗਰ ਵਾਇਰਸ ਆ ਜਾਏ ਤਾਂ ਉਹਦੇ ਵਿੱਚ ਕੋਈ ਦੁਨੀਆ ਦੀ ਸ਼ੈ ਅਸਰ ਨਹੀਂ ਕਰਦੀ, ਫਿਰ ਉਹ ਵਾਇਰਸ ਦੀ ਇੱਕ ਲਿਮਿਟ ਹੁੰਦੀ, ਉਹ 7 ਦਿਨ ਰਹੇ, 14 ਦਿਨ ਰਹੇ, 21 ਦਿਨ ਰਹੇ, ਉਹਦੀ ਇੱਕ ਏਜ ਹੁੰਦੀ ਹੈ, ਉਹ ਫਿਰ ਆਪਣੀ ਮੁੱਦਤ ਦੇ ਨਾਲ ਹੀ ਖਤਮ ਹੁੰਦਾ ਹੈ। ਦਵਾਈ ਮੁਸ਼ਕਿਲ ਉਹਦੇ ਵਿੱਚ ਨਾ ਫਿਰ ਕੋਈ ਅਸਰ ਕਰਦੀ ਹੈ। ਅਤੇ ਇਹ ਵੈਸੇ ਹੈਗਾ ਕਿ ਕੋਈ ਕਬੂਤਰ ਤੁਹਾਡਾ ਬਿਮਾਰ ਹੋਵੇ, ਸੁਸਤ ਹੋਵੇ ਕਿਸੇ ਤਰ੍ਹਾਂ ਦਾ ਵੀ, ਉਹ ਤੁਸੀਂ ਇੱਕ ਗੋਲੀ ਦਿਓ, ਇਨਸ਼ਾਅੱਲਾ ਦੁਬਾਰਾ ਸ਼ਾਇਦ ਹੀ ਉਹਨੂੰ ਗੋਲੀ ਦੇਣੀ ਪਵੇ, ਵਰਨਾ ਕਬੂਤਰ ਇਨਸ਼ਾਅੱਲਾ ਤੁਹਾਡਾ ਫਿੱਟ ਹੋਏਗਾ। ਔਰ ਇਹਦੇ ਵਿੱਚ ਇੱਕ ਮੈਂ ਚੀਜ਼ ਦੱਸਦਾ ਜਾਵਾਂ ਕਿ ਕੁਛ ਮੈਡੀਸਨ ਹੈ ਨੇ, ਯਾਨੀ ਇੱਕ ਤਰ੍ਹਾਂ ਦੀਆਂ, ਯਾਨੀ ਅਗਰ ਬੁਖਾਰ ਦੀਆਂ ਤਾਂ 3-4 ਤਰ੍ਹਾਂ ਦੀਆਂ, ਲੇਕਿਨ ਉਹਨੂੰ ਕੋਈ ਨੈਗੇਟਿਵ ਨਹੀਂ ਤੁਸੀਂ ਲੈਣਾ। ਉਹਦੀ ਵਜ੍ਹਾ ਪਤਾ ਕੀ ਹੈ? ਸਾਡਾ ਮਕਸਦ ਹੈਗਾ ਜਿਹੜਾ ਅਸੀਂ ਪਾਊਡਰ ਤਿਆਰ ਕਰਨਾ ਮੈਡੀਸਨ ਦਾ, ਉਹ ਜ਼ਿਆਦਾ ਤਿਆਰ ਹੋਵੇ। ਵੈਸੇ ਜਦੋਂ ਕੋਈ ਇੱਕ ਤਰ੍ਹਾਂ ਦੀਆਂ ਵੀ ਮੈਡੀਸਨ ਲਿਖੀਆਂ ਨੇ, ਇਹਨੂੰ ਪੂਰੇ ਯਾਨੀ ਮੈਡੀਸਨ ਨੂੰ ਤੁਸੀਂ ਪਾਊਡਰ ਕਰ ਲੈਣਾ, ਚਾਹੇ ਦੋਰੀ ਡੰਡੇ 'ਚ ਕਰ ਲਓ, ਚਾਹੇ ਬਲੈਂਡਰ ਮਸ਼ੀਨ ਦੇ ਵਿੱਚ ਇਹਨੂੰ ਗ੍ਰੈਂਡ ਕਰ ਲਓ, ਅਤੇ ਜਿੰਨਾ ਪਾਊਡਰ ਬਣ ਜਾਏ ਉਸ ਤੋਂ ਡਬਲ ਇਹਦੇ ਵਿੱਚ ਬੇਸਣ ਪਾਉਣਾ। ਬੇਸਣ ਪਾਉਣ ਤੋਂ ਬਾਅਦ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਤੁਸੀਂ, ਇਹਦੇ ਵਿੱਚ ਜਾਂ ਸੀਰਪ ਪਾਉਣੇ ਨੇ, ਇੱਕ ਪੈਨਾਡੋਲ ਜਾਂ ਪੈਰਾਸੀਟਾਮੋਲ ਦਾ ਵੱਡਾ ਸੀਰਪ ਮਿਲ ਜਾਂਦਾ ਲਿਆ 1/2 ਲੀਟਰ ਦਾ, ਔਰ ਜਾਂ ਇੱਕ ਮਿਕਸਚਰ ਮਿਲ ਜਾਂਦਾ ਖਾਂਸੀ ਵਾਲਾ, ਉਹ ਵੀ 1/2 ਲੀਟਰ ਦਾ ਹੁੰਦਾ, ਜਾਂ ਸ਼ਹਿਦ ਮਿਲ ਜਾਏ, ਸ਼ਹਿਦ ਪਾ ਲਓ, ਪਾਣੀ ਨਹੀਂ ਇਹਦੇ ਵਿੱਚ ਲਗਾਉਣਾ। ਬਲਕਿ ਮੇਰੇ ਕੋਲ ਤਾਂ ਘਰ ਜਿਹੜੀਆਂ ਐਕਸਟਰਾ ਮੈਡੀਸਨ ਬਚੀਆਂ ਹੁੰਦੀਆਂ ਮੈਂ ਉਹ ਵੀ ਵਿੱਚ ਪਾ ਦਿੰਦਾ, ਇਹਦਾ ਨੁਕਸਾਨ ਕੋਈ ਨਹੀਂ। ਇਹ ਦੋਸਤ ਬਣਾਉਣਗੇ ਔਰ ਇਨਸ਼ਾਅੱਲਾ ਦੁਆਵਾਂ ਦੇਣਗੇ, ਔਰ ਉਮੀਦ ਹੈ ਕਿ ਪਰਿੰਦਿਆਂ ਦੀ ਜਾਨ ਵੀ ਬਚੇਗੀ। ਸਦਕਾ ਜਾਰੀਆ ਸਮਝ ਕੇ ਇਹ ਦੋਸਤਾਂ ਨੂੰ ਮੈਂ ਦੱਸ ਰਿਹਾ, ਅਤੇ ਇਹ ਤੁਹਾਨੂੰ ਦੋਸਤਾਂ ਨਾਲ ਤਾਰਾ ਵੀ ਕਰਾਉਂਦੇ ਹਾਂ। ਉਸਤਾਦ ਇਰਫਾਨ ਮਾਨਾ ਸਾਹਿਬ ਜੀ, ਉਸਤਾਦ ਜੀ ਕੀ ਹਾਲ? ਹਾਂਜੀ, ਇਹ ਸਾਜਿਦ ਭੱਟ ਸਾਹਿਬ ਨੇ, ਇਹ ਭਾਈ ਨੇ ਵੱਡੇ ਸਾਡੇ, ਅਤੇ ਇਹ ਉਸਤਾਦ ਹੋਣੀ ਨੇ। ਹਾਂਜੀ ਉਸਤਾਦ ਜੀ, ਕੀ ਤੁਸੀਂ ਕਹੋਗੇ ਗੋਲੀ ਦੇ ਮਤਲਬ? ਉਸਤਾਦ ਜੀ, ਬਹੁਤ ਫਾਇਦਾ ਹੁੰਦਾ ਤੁਹਾਡੇ ਕੋਲ, ਚਾਹੀਦੀ ਹੈ ਕੋਈ ਢਿੱਲਾ ਮੱਠਾ ਹੋਵੇ, ਉਹਨੂੰ ਦਿਓ, ਸੈੱਟ ਹੋ ਜਾਂਦਾ, ਕੋਈ ਦਾਣਾ ਖਾ ਕੇ ਸੋਜੀ ਜਾਂਦਾ, ਉਹਨਾਂ ਨੂੰ ਉਹ ਵੀ ਠੀਕ ਹੋ ਜਾਂਦਾ। ਹਾਂ, ਇਹਦਾ ਨਾ ਇੱਕ ਸਭ ਤੋਂ ਮੇਨ ਐਡਵਾਂਟੇਜ ਹੈਗਾ, ਤੁਸੀਂ ਜਦੋਂ ਗੋਲੀ ਦੇਣੀ ਹੈ ਨਾ, ਕੋਈ ਵੀ ਕਬੂਤਰ ਸੁਸਤ ਦੇਖੋ, ਉਹਨਾਂ ਨੂੰ ਫੌਰਨ ਦੇ ਦਿਓ ਤਾਂ ਕਿ ਕਬੂਤਰ ਦੀ ਬਿਮਾਰੀ ਲੰਬੀ ਨਾ ਹੋਵੇ, ਔਰ ਇਹਦਾ ਇਨਸ਼ਾਅੱਲਾ ਤੁਹਾਨੂੰ ਬੜਾ ਫਾਇਦਾ ਹੋਏਗਾ। ਇਹ ਟੋਟਲ ਮੈਡੀਸਨ ਲਿਖੀਆਂ ਨੇ, ਪੈਰਾਸੀਟਾਮੋਲ ਹੈ, ਪੈਨਾਡੋਲ, ਕਾਲਪੋਲ, ਗਰੂਫਨ, ਰੀਕੋਮਾਈਸਿਨ, ਰੈਥਰੋਮਾਈਸਿਨ, ਪੋਨਸਟਾਨ, ਸੈਪਟ੍ਰਾਨ, ਐਰੀਨੈਕ, ਫਲੈਜਲ, ਲੀਫਲੋਕਸ, ਇਹ 10-10 ਪੀਸ ਲੈਣੇ ਨੇ, ਨੋਵੀਡੇਟ, ਐਂਟਾਮਾਈਜ਼ੋਲ, ਟੈਰਾਮਾਈਸਿਨ, ਵਿਬਰਾਮਾਈਸਿਨ, ਡੋਕਸੀਮਾਈਸਿਨ, ਹੈ ਤਾਂ ਇੱਕ ਹੀ ਫਾਰਮੂਲਾ ਲੇਕਿਨ ਲਿਖੇ ਨੇ ਸਾਰੇ। ਅੱਛਾ ਜੀ, ਪੈਨਬ੍ਰਿਟਨ, ਅਮੋਕਸਲ, ਇੰਡੋਮੈਥਾਸਿਨ, ਰਿਜਿਕਸ, ਇਹ ਸਭ 10-10 ਪੀਸ ਤੁਸੀਂ ਲੈਣੇ ਨੇ। ਸਰਵੈਕਸ ਟੀ, ਸੋਡਾਮਿੰਟ, ਡੈਲਟਾ ਕੋਟਰਲ, ਡੈਕਸਾਮੈਥਾਜ਼ੋਨ, ਇਹ 30-30 ਪੀਸ ਤੁਸੀਂ ਲੈਣੇ ਨੇ। ਔਰ ਉਸ ਤੋਂ ਬਾਅਦ ਤੁਸੀਂ ਰਿਵਾਈਟਲ ਬੀ, ਵਿਟਾਮਿਨ ਯਾਨੀ ਜਿਹਨੂੰ ਵਿਟਾਮਿਨ ਬੀ ਦੀਆਂ ਗੋਲੀਆਂ ਨੇ, ਇਹ ਤੁਸੀਂ ਪੂਰਾ ਇੱਕ ਬੁਕਸ ਲੈਣਾ, ਪੂਰੀ ਡੱਬੀ ਬੋਤਲ ਮਿਲਦੀ ਹੈ ਰਿਵਾਈਟਲ ਬੀ ਦੀ।
ਫਿਰ ਹਾਜਮੂਲਾ ਦੀ ਬੋਤਲ ਲੈ ਲਓ। ਇਹ ਬਸ ਕਦ ਸ਼ਾਰਟ ਵੀ ਹੁੰਦੀ ਹੈ, ਅਗਰ ਇਹ ਨਾ ਮਿਲੇ ਤਾਂ ਗੈਸਟ੍ਰੋਫਿਲ ਦੀ ਇੱਕ ਡੱਬੀ ਲੈ ਲੈਣਾ ਤੁਸੀਂ, ਗਲੂਕੋਸ ਡੀ ਇਹ ਇੱਕ ਛੋਟੀ ਡੱਬੀ ਲੈ ਲੈਣੀ ਹੈ। ਔਰ ਜਿੰਨੀ ਇਹ ਤੁਹਾਡੀ ਮੈਡੀਸਨ ਪਾਊਡਰ ਹੋਏ ਉਸ ਤੋਂ ਡਬਲ ਤੁਸੀਂ ਬੇਸਣ ਪਾ ਲੈਣਾ। ਔਰ ਇਹਦੇ ਵਿੱਚ ਪਾਣੀ ਨਹੀਂ ਪਾਉਣਾ, ਸੀਰਪ ਜਾਂ ਸ਼ਹਿਦ ਇਹਦੇ ਨਾਲ ਇਹਨੂੰ ਤੁਸੀਂ ਮਿਕਸ ਕਰ ਲੈਣਾ ਅੱਛੀ ਤਰ੍ਹਾਂ। ਮਿਕਸ ਕਰਕੇ ਚਨੇ ਬਰਾਬਰ ਗੋਲੀ ਬਣਾ ਕੇ ਇਹਨੂੰ ਖੁਸ਼ਕ ਕਰ ਲੈਣਾ ਅਤੇ ਇਨਸ਼ਾਅੱਲਾ ਤੁਹਾਨੂੰ ਬੜਾ ਫਾਇਦਾ ਹੋਏਗਾ। ਮੈਜਿਕ ਦੇ ਨਾਮ ਤੋਂ ਅਸੀਂ ਤਕਰੀਬਨ ਸਰਦੀਆਂ 'ਚ, ਖਾਸ ਤੌਰ 'ਤੇ ਸਰਦੀ ਦੇ ਮੌਸਮ 'ਚ ਇਹਦਾ ਬਹੁਤ ਜ਼ਿਆਦਾ ਫਾਇਦਾ। ਜਿਹੜਾ ਕੋਈ ਸੁਸਤ ਤੁਹਾਨੂੰ ਨਜ਼ਰ ਆਏ ਇੱਕ ਗੋਲੀ ਦੇ ਦਿਓ, ਇੱਕ ਦਫਾ ਬਣਾ ਲਓ, ਉਹਦੇ ਤੁਹਾਡੇ ਕੋਲ ਕਾਫੀ ਤਕਰੀਬਨ ਕੋਈ 2-3 ਹਜ਼ਾਰ ਗੋਲੀ ਤਿਆਰ ਹੋ ਜਾਏਗੀ। ਇਹ ਬਣਾ ਕੇ ਰੱਖ ਲਓ, ਜਿਹੜਾ ਕੋਈ ਸੁਸਤ ਨਜ਼ਰ ਆਏ ਇੱਕ ਗੋਲੀ ਦੇ ਦਿਓ ਅਤੇ ਇਹ ਸਦਕਾ ਜਾ ਰਹੀ ਹੈ, ਇਨਸ਼ਾਅੱਲਾ ਤੁਹਾਨੂੰ ਬੜਾ ਫਾਇਦਾ ਹੋਏਗਾ। ਔਰ ਮੈਂ ਕਾਫੀ ਅਰਸੇ ਤੋਂ ਬਣਾ ਰਿਹਾ, ਮੇਰੇ ਕੋਲ ਤਾਂ 4-5 ਹਜ਼ਾਰ ਗੋਲੀ ਬਣਦੀ ਹੈ, ਲੇਕਿਨ ਉਹ ਦੋਸਤ ਮੰਗਦੇ ਨੇ ਤਾਂ ਫਿਰ ਉਹ ਦਿੱਤੀ ਜਾਂਦੀ ਹੈ, ਕਿਉਂਕਿ ਮੈਂ ਇਨਕਾਰ ਨਹੀਂ ਕਰਦਾ ਕਿ ਯਾਰ ਸਦਕਾ ਜਾ ਰਿਹਾ, ਅਗਰ ਮੇਰੀ ਵਜ੍ਹਾ ਤੋਂ ਕਿਸੇ ਆਪਣੇ ਲਈ ਜਾਨ ਬਚ ਜਾਏ ਤਾਂ ਬੜੀ ਮੇਰੇ ਵਾਸਤੇ ਫਖਰ ਦੀ ਗੱਲ ਹੈ, ਖੁਸ਼ੀ ਦੀ ਗੱਲ ਹੈ। ਅਤੇ ਤੁਸੀਂ ਫਿਰ ਇੱਕ ਦਫਾ ਨੋਟ ਕਰ ਲਓ, ਜਿਹੜੇ ਦੋਸਤ ਬਣਾਉਣਾ ਚਾਹੁੰਦੇ ਆ ਬਣਾਉਣ, ਲਾਜ਼ਮੀ ਇਹਦਾ ਬਹੁਤ ਫਾਇਦਾ। ਇਹਦਾ ਨਾਮ ਹੀ ਅਸੀਂ ਮੈਜਿਕ ਰੱਖਿਆ ਹੈ, ਯਾਨੀ ਕਿ ਜਾਦੂ ਵਾਲੀ ਗੋਲੀ। ਅਤੇ ਉਮੀਦ ਹੈ ਕਿ ਤੁਹਾਨੂੰ ਇਨਸ਼ਾਅੱਲਾ ਇਹਦੀ ਬੜੀ ਫਾਇਦਾ ਹੋਏਗਾ ਇਸ ਗੋਲੀ ਦਾ। ਅਸਲਾਮ ਵਾਲੀਕੁਮ ਜੀ।